ਹਾਂਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਅਨਿਲ ਸ਼ੇਰਗਿੱਲ ਹੈ ਜੀ। ਹਾਂਜੀ, ਕਿੱਥੋਂ ਦੇ ਰਹਿਣ ਵਾਲੇ? ਮੈਂ ਮੁਹੱਲਾ ਪ੍ਰਤਾਪਗੜ੍ਹ ਤੋਂ। ਹਾਂਜੀ, ਕੀ ਗੱਲ ਕੀ ਹੋਈ ਅੱਜ ਤੁਹਾਡੇ ਘਰ ਦੇ ਉੱਤੇ ਵੀ ਹਮਲਾ ਹੋਇਆ ਤਾਂ ਤੁਹਾਡੇ 'ਤੇ ਵੀ ਹਮਲਾ ਹੋਇਆ ਅਤੇ ਤੁਹਾਡੀ ਸ਼ੋਪ 'ਤੇ ਵੀ ਹਮਲਾ ਹੋਇਆ, ਕੀ ਸਾਰਾ ਕੀ ਮਾਮਲਾ ਕੀ ਸੀ? ਇਹ ਜੀ, ਸਾਡੇ ਘਰ ਦੇ ਲਾਗੇ ਵੈਸੇ ਤਾਂ ਸਾਰੇ ਮੁਹੱਲੇ 'ਚ ਹੀ ਆ ਤਕਰੀਬਨ, ਹੋਰ ਵੀ ਆਸੇ ਪਾਸੇ ਪਿੰਡਾਂ ਸ਼ਹਿਰਾਂ 'ਚ ਵੀ ਚੱਲਣ ਨਹੀਂ ਦਿਆ ਕਿ ਨਸ਼ੇ ਦਾ ਕਾਰੋਬਾਰ। ਇਹ ਨਸ਼ੇ ਦਾ ਕਾਰੋਬਾਰ ਮੁੰਡੇ ਕਰਦੇ ਆ ਇੱਥੇ ਸਾਡੇ ਲਾਗੇ। ਕਈ ਵਾਰੀ ਉਹਨਾਂ ਨੂੰ ਗਿਆ ਵੀ ਕਾਕਾ ਉਰੇ ਪਰੇ ਹੋ ਕੇ ਤੁਸੀਂ ਵੇਚਿਆ ਕਰੋ, ਪੀਆ ਕਰੋ, ਇੱਥੇ ਨਹੀਂ ਚੰਗਾ ਲੱਗਦਾ, ਕਿਸੇ ਦਿਨ ਮੈਂ ਤੁਹਾਡੀ ਸ਼ਿਕਾਇਤ ਕਰ ਦੇਣੀ ਹੈ। ਅਤੇ ਚਲੋ ਹੋ ਜਾਂਦੇ, ਕਈ ਵਾਰੀ ਪਰੇ ਵੀ ਚੱਲ ਜਾਂਦੇ ਤਾਂ ਪਰ ਹਟਦੇ ਨੇਗੇ, ਗੱਲ ਮੰਨ ਲੈਂਦੇ, ਪਰੇ ਵੀ ਚੱਲ ਜਾਂਦੇ ਪਰ ਪੂਰੀ ਤਰ੍ਹਾਂ ਮੰਨਦੇ ਨੇਗੇ, ਵੇਚਦੇ ਉੱਥੇ ਹੀ ਆ, ਕਰਦੇ ਉੱਥੇ ਹੀ ਆ। ਦੇਖੋ ਤਾਂ ਲਾਗੇ ਖਾਲੀ ਨਾ ਜਗ੍ਹਾ ਹੈਗੀ ਆ, ਤਕਰੀਬਨ ਜਿੰਨਾ ਵੀ ਸ਼ਹਿਰ ਦਾ ਨਸ਼ੇਰੀ ਆ ਸਾਰਾ ਉੱਥੇ ਹੀ ਵੜਦਾ ਵਾ। ਦੇਖੋ ਸਾਰੀਆਂ ਵੀਡੀਓ ਆ, ਮੈਂ ਤੁਹਾਨੂੰ ਇਕੱਲੀ ਇਕੱਲੀ ਵੀਡੀਓ, ਪੂਰੇ ਮਹੀਨੇ ਦੀ ਰਿਕੋਰਡਿੰਗ ਹੁੰਦੀ ਹੈ, ਮੈਂ ਤੁਹਾਨੂੰ ਸਾਰੀ ਵੀਡੀਓ ਪਾ ਦੂੰਗਾ ਪੂਰੇ ਮਹੀਨੇ ਦੀ, ਵੀ ਕਿਹੜਾ ਬੰਦਾ ਉੱਥੇ ਵੜਦਾ ਵਾ, ਕਿਹੜਾ ਨਿਕਲਦਾ, ਕਿਉਂਕਿ ਅੱਗੇ ਉੱਥੇ ਨਾ ਤਾਂ ਰਹਿੰਦਾ ਆ ਅਤੇ ਨਾ ਉੱਥੇ ਕੋਈ ਅੱਗੇ ਨੂੰ ਜਾਣ ਨੂੰ ਜਗ੍ਹਾ ਹੈਗੀ ਆ, ਸਿਰਫ ਉਹਦੇ ਨਸ਼ਾ ਕਰਨ ਅਤੇ ਵੇਚਣ ਜਾਂਦੇ ਲੋਕ। ਅਤੇ ਉਹਨੂੰ ਵੀ ਰੋਕਿਆ ਜਿੱਦਾਂ ਅੱਜ ਵੀ, ਅਤੇ ਮੇਰਾ ਨਾ ਭੂਆ ਦਾ ਲੜਕਾ ਆਉਂਦਿਆ ਸੀਗਾ ਗੱਡੀ ਲੈ ਕੇ, ਉਹਨੂੰ ਕਹਿਣ ਲੱਗ ਪਿਆ ਹਾਂਜੀ ਕੀ ਲੈਣਾ ਜੀ, ਕਿਉਂਕਿ ਜਿਹੜਾ ਵੀ ਮੁਹੱਲੇ ਦੇ ਵਿੱਚ ਆਉਂਦਾ ਵਾ ਕੋਈ ਉਪਰਾ ਬੰਦਾ, ਉਹਨੂੰ ਹਰ ਇੱਕ ਨੂੰ ਪੁੱਛਦੇ ਹਾਂਜੀ ਕੀ ਲੈਣਾ, ਜਿੱਦਾਂ ਦੁਕਾਨ ਵਾਲਾ ਨਾ ਪੁੱਛਦਾ ਹੁੰਦਾ ਬਾਹਰ ਦੁਕਾਨਾਂ 'ਚ ਬਾਜ਼ਾਰ 'ਚ ਕੀ ਮਤਲਬ ਕੀ ਚਾਹੀਦਾ ਤੁਹਾਨੂੰ, ਬਸ ਕੀ ਚਾਹੀਦਾ ਵਾ, ਸਿੱਧੇ ਤੌਰ 'ਤੇ ਵੀ ਚਿੱਟਾ ਸਾਡੇ ਕੋਲ ਲਓ ਜੇ ਆਏ ਹਾਂ ਤਿੱਥੇ। ਅਤੇ ਉਹ ਮੁੰਡਾ ਕਹਿੰਦਾ ਨਹੀਂ ਮੈਂ ਨਸ਼ਾ ਪਤਾ ਨਹੀਂ ਕਰਦਾ, ਮੇਰਾ ਸਾਹਮਣੇ ਘਰ ਵਾ ਅਤੇ ਮੈਂ ਉੱਥੇ ਆਇਆ ਹਾਂ। ਅਤੇ ਉਹਨਾਂ ਨੇ ਸਮਝਿਆ ਵੀ ਬਾਹਰ ਲਾਈ ਆ ਅਤੇ ਉਪਰਾ ਹੀ ਆ, ਅਤੇ ਉਹਦਾ ਨਾ ਫੋਨ ਲੱਗ ਪਏ ਮੁੰਡੇ ਦਾ, ਉਹਦਾ ਮੁੰਡੇ ਦਾ ਫੋਨ ਖੋ ਕੇ ਅਤੇ ਉਹਦੇ ਨਾਲ ਬਸ ਦੂਜੀ ਕਰਨ ਲੱਗ ਪਏ। ਉਹਨੇ ਦਿਨ ਨੂੰ ਗਲੀ ਦੇ ਵਿੱਚ ਕਾਫੀ ਹਾਲਾ ਲਾਲਾ ਹੋਣੀ ਸ਼ੁਰੂ ਹੋ ਗਈ, ਅਤੇ ਮੈਨੂੰ ਵੀ ਪਤਾ ਲੱਗਾ, ਮੈਂ ਘਰ ਸੀਗਾ ਆਪਣੇ ਕਮਰੇ 'ਚ, ਦੇਖਿਆ ਮੈਂ ਕੈਮਰਾ ਦੇਖਿਆ ਅਤੇ ਮੈਂ ਕਿਹਾ ਵੀ ਲੜਾਈ ਹੋਣਦੀ ਹੈ ਕੋਈ, ਉਹਨਾਂ ਖੋਹ ਹੋਣ ਦੀ ਕਿਸੇ ਨਾਲ, ਮੈਂ ਥੱਲਿਆਂ ਨੇ ਦੇਖਿਆ ਤਾਂ ਉਹ ਮੁੰਡਾ ਸਾਡਾ ਸੀਗਾ। ਮੈਂ ਉਹਨਾਂ ਨੂੰ ਮੁੰਡਿਆਂ ਨੂੰ ਧੱਕੇ ਧੁੱਕੇ ਮਾਰੇ, ਮੈਂ ਹਟਾਇਆ ਪਰ ਉਹਨਾਂ ਨੇ ਮੇਰੀ ਮੰਨੀ ਨਹੀਂ, ਅਤੇ ਮੰਨੀ ਨਹੀਂ ਤਾਂ ਉਹ ਕਿਉਂ ਨਸ਼ਾ ਕੀਤਾ ਪਿਆ, ਫੁੱਲ ਸੀਗੇ ਨਸ਼ੇ 'ਚ, ਉੱਦਾਂ ਜਾਣਦੇ ਆ ਮੁਹੱਲੇ ਦੇ ਆ ਸਾਰੇ ਜਾਣਦੇ ਆ, ਅਤੇ ਪਰ ਉਹਨਾਂ ਨੇ ਅਣਦੇਖਾ ਜਿਹਾ ਕਰਕੇ ਅਤੇ ਮੇਰੇ ਨਾਲ ਵੀ ਬਦਤਮੀਜ਼ੀ ਦੇ ਨਾਲ ਧੱਕੇ ਮੁੱਕੀ ਸ਼ੁਰੂ ਕਰ ਦਿੱਤੀ। ਅਤੇ ਇਹ ਗੱਲ ਤੋਂ ਉਹਨਾਂ ਦੇ ਨਾਲ ਫਿਰ ਜਦੋਂ ਅਸੀਂ ਕੀਤੀ ਅਤੇ ਉਹਨੂੰ ਨਾ ਦੇਖ ਕੇ ਜਿੰਨੇ ਵੀ ਇਹਨਾਂ ਦਾ ਗਰੋਹ ਆ ਪੂਰਾ ਉਹ ਸਾਰਾ ਇਕੱਠਾ ਹੋ ਕੇ ਤਾਂ ਆ ਗਿਆ, ਉਹ ਮੈਂ ਤਾਂ ਅੰਦਰ ਚਲ ਗਿਆ ਆਪਣੇ, ਉਹਨਾਂ ਨੇ ਮੈਨੂੰ ਭੇਜ ਦਿੱਤਾ ਮੇਰੇ ਘਰਦਿਆਂ ਨੇ ਵੀ ਛੱਡੋ ਪਰੇ ਨਸ਼ੇੜੀ ਹੈਗੇ ਆ ਉਹ, ਪਰ ਉਹ ਨਹੀਂ ਹਟੇ ਅਤੇ ਉਹ ਕਾਫੀ ਜਿੱਦਾਂ 15-20 ਜਣੇ ਇਕੱਠੇ ਹੋ ਕੇ ਆਣ ਕੇ ਅਤੇ ਮੇਰੇ ਘਰ 'ਤੇ ਵੀ ਹਮਲਾ ਕਰ ਦਿੱਤਾ, ਸਾਰੀਆਂ ਅੰਦਰ ਤੋੜਿਆ, ਫਿਰ ਮੇਰੀਆਂ ਗੱਡੀਆਂ ਵੀ ਤੋੜ ਦਿੱਤੀਆਂ ਦੋਵੇਂ, ਅਤੇ ਮੇਰੀ ਦੁਕਾਨ ਆ ਲਾਗੇ ਉੱਥੇ ਵੀ ਤੋੜ ਭਾਣੀ ਕੀਤੀ, ਸ਼ੀਸ਼ੇ ਸ਼ੂਸ਼ੇ ਤੋੜ ਦਿੱਤੇ, ਸਾਰੇ ਵੀਡੀਓ ਦੇ ਵਿੱਚ ਆਇਆ ਪਿਆ ਵਾ। ਅਤੇ ਕਹਿਣ ਦਾ ਮਤਲਬ ਕਿ ਤੁਹਾਨੂੰ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਲਈ ਰੋਕਣਾ ਭਾਰੀ ਪੈ ਗਿਆ? ਬਿਲਕੁਲ ਜੀ, ਬਿਲਕੁਲ। ਪਰ ਜੇ ਆਪਾਂ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਵੱਲੋਂ ਤਾਂ ਕਹਿ ਲਓ ਕਿ ਕਈ ਦਾਅਵੇ ਕੀਤੇ ਜਾਂਦੇ ਕਿ ਨਸ਼ੇ ਦੇ ਮਤਲਬ ਕਿ ਅਸੀਂ ਰੋਕ ਲਗਾ ਦਿੱਤੀ ਹੈ ਇਹ ਸਲੰਮ ਏਰੀਏ ਦੇ ਵਿੱਚ, ਜੇ ਆਪਾਂ ਸਲੰਮ ਏਰੀਏ ਦੀ ਗੱਲ ਕਰੀਏ ਪਰ ਸਲੰਮ ਏਰੀਏ 'ਚ ਤੁਹਾਡੇ ਕਹਿਣ ਦੇ ਮੁਤਾਬਿਕ ਇਸ ਕਦਰ ਨਸ਼ਾ ਵਿਕਦਾ ਪਿਆ ਤਾਂ ਫਿਰ ਰੋਕ ਤਾਂ ਲੱਗੀ ਨਹੀਂ ਕਿਤੇ ਵੀ? ਬਿਲਕੁਲ ਨਹੀਂ ਜੀ, ਨਸ਼ੇ ਨਾਲ ਸਾਡੇ ਮੁਹੱਲੇ ਤਕਰੀਬਨ 5-7 ਮੌਤਾਂ ਵੀ ਹੋ ਚੁੱਕੀਆਂ ਨਸ਼ੇ ਦੇ ਕਾਰਨ, ਦੀ ਸਪੋਰਟ ਜੇ ਇੰਜੈਕਟ ਜੇ ਕਰਦੇ ਆ ਟੀਕਾ ਲਾਉਂਦੇ ਆ ਉਹਨਾਂ ਦੀ, ਪਰ ਕੋਈ ਵੀ ਮੁਹੱਲੇ ਦੇ ਵਿੱਚ ਵੀ ਕੋਈ ਲੀਡਰ ਨਹੀਂ ਬੋਲਣ ਗਿਆ।
ਕੋਈ ਸਮਾਜ ਸੇਵੀ ਨਹੀਂ ਬੋਲਣ ਦਿਆ, ਕੋਈ ਨਸ਼ਾ ਵੇਚਣ ਵਾਲੇ ਨੂੰ ਨਹੀਂ ਬੋਲਣ ਦਿਆ। ਇਹ ਦੇਖੋ ਪੁਲਿਸ ਦੀ ਇਕੱਲੀ ਗਲਤੀ ਨਹੀਂ, ਮੈਂ ਕਹਿੰਦਾ ਮੈਂ ਸਮਝਦਾ ਕਿ ਹਰ ਇੱਕ ਮਹੱਲੇਦਾਰ ਦੀ ਗਲਤੀ ਆ ਜਿਹੜੇ ਕੰਮ ਇਸ ਦੇਖਦੇ ਆ। ਜੇ ਆਪਾਂ ਗੱਲ ਕਰੀਏ ਇਸ ਸੰਬੰਧੀ, ਜਿਹੜੇ ਤੁਹਾਡੇ ਕੌਂਸਲਰ ਕੀ ਨਾਮ ਆ? ਸਾਡੇ ਕੌਂਸਲਰ ਮਨਜੀਤ ਸਿੰਘ ਜੀ ਆ। ਚਲੋ ਵੀ ਆਪਣੇ ਤੌਰ 'ਤੇ ਰੋਕਦੇ ਵੀ ਹੋਣਗੇ, ਪਰ ਫਿਰ ਵੀ ਮਹੱਲੇਦਾਰੀ ਤੌਰ 'ਤੇ ਮੈਂ ਕਹਿੰਦਾ ਵੀ ਹਰ ਇੱਕ ਨੂੰ ਪਹਿਲ ਕਰਨੀ ਚਾਹੀਦੀ ਆ, ਵੀ ਹਰ ਇੱਕ ਦੀ ਜ਼ਿੰਮੇਵਾਰੀ ਬਣਨੀ ਚਾਹੀਦੀ ਆ ਵੀ ਅਸੀਂ ਇਸ ਮੁਹਿੰਮ ਦੇ ਨਾਲ ਜੁੜੀਏ। ਤੁਹਾਡਾ ਕਹਿਣ ਦਾ ਮਤਲਬ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਹਿ ਲਓ ਕਿ ਨਸ਼ੇ ਦੇ ਵਿਰੁੱਧ ਆਵਾਜ਼ ਚੁੱਕੋਗੇ? ਜਿਸ ਤਰੀਕੇ ਨਾਲ ਤੁਹਾਡੇ ਆਵਾਜ਼ ਚੱਕੀ ਹੈ ਅਤੇ ਅੱਜ ਆਹ ਕੰਮ ਹੋ ਗਿਆ, ਇਹ ਗਾਂਹ ਵੀ ਮੇਰੇ ਖਿਆਲ ਆ ਵੀ ਹੁੰਦੇ ਰਹਿਣਗੇ ਇੱਦਾਂ ਦੇ ਕੰਮ ਜੇ ਨਾ ਠੱਲ ਲੱਗੇ ਤਾਂ। ਕਿਹੜੇ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਤੁਹਾਡੇ 'ਤੇ ਹਮਲਾ ਕੀਤਾ, ਕੋਈ ਨਾਮ ਪਤਾ? ਹਾਂਜੀ ਹਾਂਜੀ ਭਾਈ ਮੇਮ, ਜੋ ਕਿ ਕੈਮਰੇ ਵਿੱਚ ਵੀ ਆਈ ਜਾਣਾ ਵਾ, ਅਤੇ ਮੁੰਡਾ ਇੱਕ ਜਾਨੂ ਆ ਡੇਰਾ ਬੀਬੀ ਬਾਨੋ 'ਚ ਉੱਥੇ ਰਹਿੰਦਾ ਵਾ, ਫਿਰ ਮੁੰਡਾ ਮਣੀ ਆ ਉਹ ਮੇਰੇ ਬਡਰਾਂ ਦੇ ਡੇਰੇ 'ਚ ਰਹਿੰਦਾ ਆ, ਉਹਦਾ ਭਰਾ ਵਾ ਵਿੱਕੀ, ਅਤੇ ਸਾਗਰ ਉਹਦਾ ਭਰਾ ਜਿਹੜਾ, ਅਤੇ ਹੋਰ ਇੱਕ ਮੁੰਡਾ ਵਿਜੇ ਦਾ ਵਾ ਅਤੇ ਅਤੇ ਹੋਰ ਸਾਹੀ ਦਾ ਮੁੰਡਾ ਇੱਧਰ ਰਹਿੰਦਾ ਵਾ, ਪ੍ਰਧਾਨ ਪਰਮਜੀਤ ਦੀ ਗਲੀ ਵੱਲ ਰਹਿੰਦਾ ਵਾ ਸਮੀਰ, ਸਮੀਰ ਅਤੇ ਹੋਰ ਵੀ ਪੰਜ ਸੱਤ ਮੁੰਡੇ ਜਿਹੜੇ ਹੈਗੇ ਆ, ਨਾਮ ਨਾ ਚਲੋ ਨਹੀਂ ਇਸ ਵੇਲੇ ਉਹਨਾਂ ਦਾ ਨਹੀਂ ਆਉਂਦੇ, ਅਤੇ 15-20 ਜਣੇ ਮਤਲਬ ਹੈਗੇ ਸੀਗੇ ਵੀ ਜਿਨ੍ਹਾਂ ਨੇ ਆਹ ਕੰਮ ਕੀਤਾ ਅੱਜ, ਵੀ ਨਸ਼ਾ ਕਹਿੰਦੇ ਅਸੀਂ ਖੁੱਲ੍ਹ ਕੇ ਵੇਚਣਾ ਵਾ, ਕਹਿ ਕੇ ਲਲਕਾਰੇ ਮਾਰ ਕੇ ਕਹਿ ਕੇ ਗਏ ਵੀ ਕਹਿੰਦੇ ਰੋਕਣਾ ਰੋਕ ਲਓ। ਹੁਣ ਤੁਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਆ? ਮੈਂ ਇਹ ਮੰਗ ਕਰਦਾ ਜੀ ਕਿ ਜੇ ਤਾਂ ਸਾਡੇ ਵਰਗੇ ਨੌਜਵਾਨਾਂ ਨੂੰ ਇੱਦਾਂ ਹੀ ਦਬਾਇਆ ਜਾਊਗਾ, ਇੱਦਾਂ ਹੀ ਹਮਲੇ ਕਰਾਏ ਜਾਣਗੇ ਨਸ਼ੇੜੀਆਂ ਵੱਲੋਂ, ਨਸ਼ਾ ਵੇਚਣ ਦੇ ਤਸਕਰਾਂ ਵੱਲੋਂ, ਤਾਂ ਫਿਰ ਪੰਜਾਬ ਨਹੀਂ ਬਚਦਾ ਜੀ। ਜੇ ਤਾਂ ਪੰਜਾਬ ਨੂੰ ਬਚਾਉਣਾ ਹੈ ਤਾਂ ਪੁਲਿਸ ਨੂੰ ਵੀ ਸਿੱਧੇ ਹੋਣਾ ਪੈਣਾ ਔਰ ਲੋਕਾਂ ਨੂੰ ਵੀ ਸਿੱਧੇ ਹੋ ਕੇ ਪੁਲਿਸ ਦਾ ਸਾਥ ਦੇਣਾ ਪੈਣਾ। ਚਲੋ ਕਿ ਜੇ ਆਪਾਂ ਗੱਲ ਕਰੀਏ ਸਲੰਮ ਏਰੀਏ ਦੇ ਵਿੱਚ ਪਹਿਲੇ ਤੁਸੀਂ ਬੰਦੇ ਹੈਗੇ ਆ ਜਿਹੜੇ ਕਿ ਨਸ਼ਿਆਂ ਨੂੰ ਲੈ ਕੇ ਆਵਾਜ਼ ਬੁਲੰਦ ਕਰਨ ਲੱਗੇ? ਮੈਂ ਅੱਜ ਤੋਂ ਨਹੀਂ, ਮੈਂ ਕਾਫੀ ਦਿਨਾਂ ਤੋਂ, ਕਾਫੀ ਚਿਰਾਂ ਤੋਂ ਹੀ। ਸਾਡੀ ਇੱਕ ਸੰਸਥਾ ਬਣੀ ਸੀ ਪੇਅਰ ਐਕਟਿਵ ਸੁਸਾਇਟੀ, ਉਹਦੇ ਵਿੱਚ ਵੀ ਅਸੀਂ ਇਹੀ ਕੰਮ ਕਰਦੇ ਸੀਗੇ, ਪਰ ਹੁਣ ਵੇਚਣ ਵਾਲੇ ਤਾਂ ਜਿਹੜੇ ਹੈਗੇ ਆ ਮੁਹੱਲੇ ਦੇ ਜਿਨ੍ਹਾਂ ਨਾਲ ਚਲੋ ਬੋਲ ਚਾਲ ਵੀ ਹੈਗਾ ਵਾ, ਇਹਦੇ ਵਿੱਚ ਪੁਲਿਸ ਨੂੰ ਜਦੋਂ ਕਹੀਦਾ ਵਾ ਵੀ ਇਹਨਾਂ ਨੂੰ ਰੋਕੋ, ਅਤੇ ਪੁਲਿਸ ਵੀ ਫਿਰ ਆਪਣਾ ਪੂਰਾ ਕੰਮ ਜਿਹੜਾ ਵਾ ਨਹੀਂ ਨਿਭਾਉਂਦੀ, ਕਿਤੇ ਨਾ ਕਿਤੇ ਸਾਡੇ ਲੀਡਰ ਵੀ ਪਹੁੰਚ ਜਾਂਦੇ ਆ ਛਡਵਾਉਣ ਵਾਸਤੇ, ਬੰਦਾ ਪਹਿਲਾਂ ਉੱਥੇ ਫੜਾਉਂਦੇ ਹਾਂ ਅਸੀਂ, ਉਹ ਲੀਡਰ ਸਾਡੇ ਵਿੱਚ ਪਹੁੰਚ ਜਾਂਦੇ ਆ। ਕਹਿਣ ਦਾ ਮਤਲਬ ਕਿ ਕਿਤੇ ਨਾ ਕਿਤੇ ਸਮਾਜ ਦੇ ਲੋਕ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਆ ਭੁੱਲਦੇ ਭੱਜਦੇ ਆ। ਬਿਲਕੁਲ ਜੀ, ਮਤਲਬ ਕਿ ਕ੍ਰਾਈਮ ਮੁਕਤ ਸਮਾਜ ਦੀ ਜੀ ਆਪਣਾ। ਹਾਂਜੀ, ਕਿੱਥੋਂ ਦੇ ਰਹਿਣ ਵਾਲੇ? ਤਾਂ ਤੁਸੀਂ ਅੱਜ ਕਹਿ ਲਓ ਕਿ ਗੱਡੀ ਲੈ ਕੇ ਕੀ ਕਿਹੜੀ ਗੱਡੀ ਚਲਾਉਂਦੇ ਆ ਤੁਸੀਂ? ਟੈਂਪੂ ਟਰੈਵਲ। ਅੱਛਾ, ਗੱਡੀ ਲੈ ਕੇ ਜਦੋਂ ਮੁਹੱਲੇ ਦੇ ਵਿੱਚ ਗਏ ਤਾਂ ਕੀ ਸਾਰੀ ਕੀ ਗੱਲ ਉੱਥੇ ਵਾਕਿਆ ਕੀ ਵਾਕਿਆ? ਮੈਂ ਗੱਡੀ ਲੈ ਕੇ ਆਇਆ ਸੀ, ਭਾਜੀ ਹੋਣ ਦੀ ਗੱਡੀ ਆਲਰੇਡੀ ਪਹਿਲਾਂ ਖੜੀ ਸੀ, ਮੈਂ ਕਿਹਾ ਵੀ ਗਲੀ ਬੰਦ ਹੋਈ, ਮੈਂ ਗੱਡੀ ਬਾਹਰ ਲਾ ਲਾ, ਮੈਂ ਬੈਕ ਕਰ ਲਾ, ਇਹ ਨਹੀਂ ਤਾਂ ਉੱਧਰੋਂ ਆਉਂਦੇ ਨਸ਼ਿਆਂ ਨਾਲ ਟੈਟ ਹੋਏ ਦੇਖ ਹੋਏ, ਅਤੇ ਮੇਰੀ ਗੱਡੀ ਰੋਕ ਕੇ ਥੱਪ ਜਾਣੀ ਕਿ ਸ਼ੀਸ਼ੇ ਭੰਨ ਕੇ ਨਾ ਹੱਥ ਮਾਰ ਕੇ ਮੈਨੂੰ ਕਹਿੰਦੇ ਕੀ ਲੈਣ ਆਇਆ, ਮੈਂ ਕਿਹਾ ਮੈਂ ਇੱਧਰ ਹੀ ਆਇਆ ਮਾੜਾ ਕੰਮ, ਅਤੇ ਮੈਨੂੰ ਕਹਿੰਦੇ ਸੀ ਕਿ ਨਸ਼ਾ ਲੈਣਾ ਸਾਡੇ ਕੋਲ ਆਇਆ, ਜੋ ਮੇਰਾ ਫੋਨ ਲੱਭੇ ਇੱਥੋਂ, ਠੀਕ ਹੈ ਜੀ, ਅਤੇ ਮੈਂ ਗੱਡੀ ਉੱਥੋਂ ਭਜਾ ਕੇ ਅਤੇ ਘਰ ਦੇ ਅੱਗੇ ਲਾਈ ਆਪਣੇ, ਠੀਕ ਹੈ, ਮੈਂ ਉਤਰਿਆ ਵਾਂ ਅਤੇ ਫਿਰ ਮੈਂ ਨਾ ਮਤਲਬ ਕਿ ਫੋਨ ਖੋਣ ਦੀ ਕੋਸ਼ਿਸ਼ ਕਰਨ ਦੇ, ਉਹਨਾਂ ਨੂੰ ਦੱਸਣ ਕਿ ਜਾ ਕੇ ਮੈਂ ਰਿਸ਼ਤੇਦਾਰ ਇੱਥੇ ਮੇਰੇ ਨਾਨਕੇ ਆ, ਮੈਂ ਉਹਨਾਂ ਦੇ ਘਰ ਆਇਆ ਵਾਂ, ਅਤੇ ਧੱਕੇ ਨਾਲ ਜਾਣੀ ਕਿ ਮੇਰੇ ਪੈਸੇ ਵੀ ਉਹ ਵੀ ਖੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਵੀ। ਅਤੇ ਤੁਸੀਂ ਕਿਸ ਤਰੀਕੇ ਨਾਲ ਆਪਣੇ ਜਿਹੜੇ ਕਿ ਰਿਲੇਟਿਵ ਨੂੰ ਇਨਫੋਰਮੇਸ਼ਨ ਦਿੱਤੀ?
ਮੈਂ ਜੀ ਔਲਰੇਡੀ ਇਹਨਾਂ ਦੀ ਗਲੀ ਦੇ ਵਿੱਚ ਸੀ ਅਤੇ ਮੈਂ ਉੱਥੇ ਪਿੱਛੇ ਪਹਿਲਾਂ ਮਤਲਬ ਬੈਕ ਕਰ ਲਈ ਸੀ ਗੱਡੀ, ਮੈਂ ਕਿਹਾ ਬੰਦ ਹੋ ਜਾਂਦੀ ਗਲੀ, ਅਤੇ ਫਿਰ ਮੈਂ ਉੱਥੋਂ 'ਤੇ ਗੱਡੀ ਭਜਾ ਲਈ ਨਾ, ਜਦੋਂ ਮੈਂ ਨੰਬਰ ਮੁਕਤੀ ਕਰਨ ਲੱਗ ਪਏ, ਜਦੋਂ ਕਿ ਫੋਨ ਗੱਡੀ ਦੇ ਵਿੱਚ ਮੈਂ ਬੈਠਾ ਅਤੇ ਫੋਨ ਖੋਲ੍ਹ ਲੱਗ ਪਿਆ ਸੀ ਮੇਰਾ, ਕਿਉਂਕਿ ਉਹਨਾਂ ਨੂੰ ਮੈਂ ਕਿਹਾ ਫੋਨ ਲਾ ਲੈਂਦਾ ਵਾ ਕਿ ਮੇਰੇ ਕੋਲ ਨਸ਼ਾ ਮੰਗਦੇ, ਤਾਂ ਮੈਂ ਕਿਹਾ ਮੈਂ ਇਸ ਕੰਮ 'ਚ ਨਹੀਂ ਆਇਆ, ਮੈਂ ਤਾਂ ਰਿਸ਼ਤੇਦਾਰਾਂ ਦੇ ਆਇਆ ਵਾਂ ਮਿਲਣ ਲਈ ਆਇਆ ਵਾਂ। ਮਤਲਬ ਕਿ ਤੁਹਾਨੂੰ ਕਹਿੰਦੇ ਸੀ ਤੁਸੀਂ ਨਸ਼ਾ ਸਾਡੇ ਕੋਲ ਖਰੀਦੋ? ਹਾਂਜੀ, ਸਾਡੇ ਕੋਲ ਖਰੀਦੋ, ਕਹਿੰਦੇ ਸੀ ਕਿ ਨਸ਼ਾ ਲਿਆਉਣਾ ਸਾਡੇ ਕੋਲ, ਇਹਲਾ ਜਿਵੇਂ ਸਸਤਾ ਦੇਵਾਂਗੇ ਅਸੀਂ। ਮੈਂ ਕਿਹਾ ਮੈਂ ਕੰਮ ਹੀ ਨਹੀਂ ਆਇਆ, ਕਿਉਂਕਿ ਮੈਂ ਉਹਨਾਂ ਨਾਲ ਗੱਲ ਕਰਨਾ ਹੀ ਨਹੀਂ ਚਾਹੁੰਦਾ ਇਸ ਵਿਸ਼ੇ 'ਤੇ। ਜਦੋਂ ਮੁਹੱਲੇ ਦੇ ਵਿੱਚ ਇੱਧਰ ਹਾਲਾਤ ਸ਼ਰਮ ਨਸ਼ਾ ਵਿਕਦਾ ਹੋਵੇ ਤਾਂ ਤੁਸੀਂ ਉੱਥੇ ਪੁਲਿਸ ਦੀ ਕੰਮ ਕਾਰ ਨੂੰ ਕਿੱਦਾਂ ਦਿਖਦੇ? ਕੰਮ ਪੁਲਿਸ ਦਾ ਜੀ ਹੈ ਹੀ ਨਹੀਂ, ਮੈਨੂੰ ਜਿੱਥੋਂ ਮੈਂ ਬਾਹਰੋਂ ਚਲਾਉਂਦਾ, ਮੈਂ ਪਿੰਡ ਤੋਂ ਆਉਂਦਾ ਵਾਂ, ਅਤੇ ਸ਼ਰੇਆਮ ਹੀ ਗਲੀ 'ਚ ਦਿਖਦਾ ਵੀ ਆ, ਅਤੇ ਦੇਖੀਦਾ ਵਾ ਕਦੀ ਪਹਿਲਾਂ ਵੀ ਆਉਂਦਾ ਰਿਹਾ ਮੈਂ, ਅਤੇ ਦੇਖੀਦਾ ਜੀ ਚਲੋ ਆਪਾਂ ਇਸ ਚੀਜ਼ ਨੂੰ ਇਗਨੋਰ ਕਰਦੇ ਹੁੰਦੇ ਹਾਂ, ਕਿਉਂਕਿ ਵੀ ਪੁਲਿਸ ਵਾਲਾ ਕੋਈ ਹੈ ਹੀ ਨਹੀਂ ਇੱਥੇ ਕਾਰੋਬਾਰ, ਮੈਨੂੰ ਲੱਗਦਾ ਹੀ ਨਹੀਂ। ਹੁਣ ਤੁਸੀਂ ਕੋਈ ਪੁਲਿਸ ਦੇ ਉੱਚ ਅਧਿਕਾਰੀ ਨੂੰ ਕੋਈ ਅਪੀਲ ਜਾਂ ਕੋਈ ਕਰਨਾ ਚਾਹੋਗੇ? ਮੈਂ ਜੀ ਇਹ ਗੱਲ ਕਹਿੰਦਾ ਵਾਂ ਕਿ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ,